ਉਹ ਖਰਾਸ ਗੇੜਾ ਜੋ ਬਹੁਤਾਂ ਦੇ ਨਾਲ ਗੇੜਿਆ ਜਾਂਦਾ ਸੀ। ਸੋ ਉਦੋਂ ਮੀਰਾ ਬਾਈ ਨੇ ਬੇਨਤੀ ਕੀਤੀ ਸੀ ਮਹਾਰਾਜ ਜੀ ਨੂੰ ਚਿਤੌੜਗੜ੍ਹ ਦੇ ਵਿੱਚ, ਮਹਾਰਾਜ ਜੀ ਮੇਰਾ ਮਾਸਟਰ ਜਿਹੜਾ ਖਰਾਸ ਰਿਆਸਤ ਦਾ ਮਾਲਕ ਹੈ, ਜਿੰਨੇ ਕੋਲ ਸਾਧੂ ਸੰਸਥਾਨ ਜਾ ਕੇ ਗਰੀਬ ਲੋਕ ਹੈ ਉਹਨਾਂ ਨੂੰ ਖਰਾਸ ਰਾਮ ਦੀ ਸਜ਼ਾ ਲਾਉਂਦਾ, ਤੁਸੀਂ ਕਿਰਪਾ ਕਰੋ ਕਿ ਮੇਰੇ ਮਾਸਟਰ ਦਾ ਉਧਾਰ ਹੋ ਜਾਵੇ, ਤੁਸੀਂ ਕਰਾਲਗੜ੍ਹ ਵੱਲ ਚਾਲੇ ਪਾਓ। ਉਦੋਂ ਫਿਰ ਮਹਾਰਾਜ ਜੀ ਮੀਰਾ ਬਾਈ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇੱਥੇ ਆਏ ਅਤੇ ਇੱਥੇ ਆਣ ਕੇ ਮਹਾਰਾਜ ਜੀ ਨੇ ਜਦੋਂ 4 ਸਾਲ 2 ਮਹੀਨੇ ਗਿਆ ਤਾਂ ਤਪ ਕੀਤਾ, ਸੰਗਤਾਂ ਨਾਮ ਬਾਣੀ ਨਾਲ ਜੋੜਿਆ। ਉਦੋਂ ਜੋ ਰਾਜਾ ਸੀ ਰਾਜਾ ਵੈਰ ਕਾਫੀ ਹੰਕਾਰੀ ਸੀ, ਮਹਾਰਾਜ ਜੀ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਕਿ ਤੁਸੀਂ ਨੀਚ ਹੋਣ ਦੇ ਦੱਬ ਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਹੋ, ਜਿਹੜਾ ਕਿ ਕੰਮ ਪੰਡਤਾਂ ਦਾ ਪੰਡਤਾਂ ਵਾਲੇ ਕੰਮ ਤੁਸੀਂ ਕਰ ਰਹੇ ਹੋ, ਤੁਹਾਡੀ ਇਹ ਸਜ਼ਾ ਕਿ ਤੁਸੀਂ ਖਰਾਸ ਚਲਾਓ। ਉਦੋਂ ਫਿਰ ਮਹਾਰਾਜ ਜੀ ਅੰਤਰ ਧਿਆਨ ਹੋ ਗਏ, ਇਹ ਜਿਹੜਾ ਖਰਾਸ ਹੈ ਮਹਾਰਾਜ ਜੀ ਨੂੰ ਇੱਕ ਸ਼ਕਤੀ ਦੇ ਨਾਲ ਆਪਣੇ ਆਪ ਹੀ ਚੱਲਦਾ ਰਿਹਾ। ਉਸ ਤੋਂ ਬਾਅਦ ਵਿੱਚ ਰਾਜਾ ਵੈਰ ਨੇ ਇਸ ਪੋਤਕ ਨੂੰ ਦੇਖ ਕੇ ਮਹਾਰਾਜ ਜੀ ਨੇ ਸੇਵਕ ਬਣਿਆ ਬੇਨਤੀ ਕੀਤੀ, ਮਹਾਰਾਜ ਜੀ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੋ। ਉਸ ਤੋਂ ਉਪਰੰਤ ਫਿਰ ਮਹਾਰਾਜ ਰਾਜੇ ਵੈਰ ਨੇ ਅਤੇ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਇਲਾਕੇ ਵਿੱਚ ਪਾਣੀ ਦੀ ਕਿੱਲਤ ਹੈ, ਤੁਸੀਂ ਕਿਰਪਾ ਕਰੋ ਪਾਣੀ ਦੀ ਕਿੱਲਤ ਦੂਰ ਹੋ ਸਕੇ। ਉਦੋਂ ਫਿਰ ਮਹਾਰਾਜ ਜੀ ਅੱਗੇ ਗਏ ਡੂੰਘੀ ਕੱਢ ਦੇ ਵਿੱਚ ਜਾ ਕੇ ਉਹਨਾਂ ਨੇ ਪੈਰ ਦੇ ਅੰਗੂਠਣਾ ਪੱਥਰ ਲਾ ਕੇ ਪਾਣੀ ਦਾ ਚਸ਼ਮਾ ਦਾ ਬੋਲਦੇ ਹਾਂ, ਜਿੱਥੇ ਮਹਾਰਾਜ ਜੀ ਨੇ 4 ਸਾਲ 2011 ਨੂੰ ਤੱਕ ਕੀਤਾ ਉਹਨਾਂ ਦੇ ਸਮੇਂ ਦਾ ਖਰਾਸ ਅਨਾਸ ਬੋਲਣ ਵਾਲੇ ਪੱਤਰ ਜਿਹਨਾਂ ਨਾਲ ਅਨਾਸ ਤੌਰ 'ਤੇ ਸਮੇਂ ਦੇ ਵਿੱਚ ਵਰਤਾਇਆ ਗਿਆ ਸੀ, ਅਤੇ 10 ਮਰਲੇ ਜਿਹੜੇ ਕਿ ਰਾਜਾ ਵੈਰ ਨੇ ਆਪਣੇ ਪਰਸਨਲ ਪ੍ਰੋਪਰਟੀ ਦੇ ਵਿੱਚ ਮਹਾਰਾਜ ਜੀ ਦੇ ਨਾਮ ਲਾਏ ਸੀ। ਅੱਜ ਵੀ ਉਰਦੂ ਦੇ ਵਿੱਚ ਪਰਦਾ ਜਿਹੜੇ ਸਾਡੇ ਮੌਜੂਦ ਨੇ ਮਹਾਰਾਜ ਦੇ ਸਮੇਂ ਦੀਆਂ ਸਭ ਤੋਂ ਪਹਿਲਾਂ ਸਤੁੰਦਰੇ ਸੀ ਸੰਪਰਾ ਨੇ, ਅਤੇ ਜਿੱਥੇ ਬਹਿ ਕੇ ਮਹਾਰਾਜ ਜੀ ਨੇ ਤਪ ਕੀਤਾ ਸੀ 10 ਮਰਲੇ ਮਾਲ ਮਹਿ ਕਰ ਦੇ ਰਿਕਾਰਡ ਨੇ 1877 ਦੇ ਰਿਕਾਰਡ ਦੇ ਵਿੱਚ। ਉਦੋਂ ਫਿਰ ਸਾਡੇ 44 ਪਿੰਡ ਮਹਾਰਾਜ ਦੇ ਗੁਰਪੁਰਬ ਤੇ ਵਿਸਾਖੀ ਤੇ ਇਸੇ ਤਰ੍ਹਾਂ ਧੂਮ ਧਾਮ ਦੇ ਨਾਲ ਆਉਂਦੇ ਸੀ। ਪਹਿਲਾਂ ਤੋਂ ਹੀ ਮਹਾਰਾਜ ਦੇ ਇੱਥੇ ਗੁਰਪੁਰਬ ਵਿਸਾਖੀ ਮਨਾਈ ਜਾਂਦੀ ਸੀ, ਪਹਿਲਾਂ ਤੋਂ ਬਜ਼ੁਰਗ ਦੱਸਦੇ ਚਲੇ ਆਏ ਕਿ ਇੱਥੇ ਮਹਾਰਾਜ ਜੀ ਆਏ ਸੀ ਅਤੇ ਉਹਨਾਂ ਨੇ ਇੱਥੇ ਬੰਦਗੀ ਕੀਤੀ ਸੀ। ਇਹਦਾ ਰਿਕਾਰਡ ਬਕਾਇਦਾ ਨਗਾਇਆ ਦਾ ਭੱਜਲਾਂ ਤੋਂ ਜਿਹੜੇ ਸੀਗੇ ਉਹਨਾਂ ਨੇ ਕਢਵਾਇਆ ਗਿਆ, ਹੁਸ਼ਿਆਰਪੁਰ ਤੋਂ ਬਦਾਵਤ ਸੀਗੇ ਉਹ, ਅਤੇ ਹੋਰ ਕਈ ਜਿਹੜੇ ਦਵੰਤੇ ਸੀ ਜਿਹੜੇ ਪੜ੍ਹੇ ਲਿਖੇ ਸੀ ਉਹਨਾਂ ਨੇ 1885 ਦੇ ਵਿੱਚ ਇਹਦਾ ਇਤਿਹਾਸ ਜਿਹੜਾ ਕਢਵਾਇਆ। ਜਿੰਨੀ ਬਾਹਰੋਂ ਸੰਗਤ ਆਈ ਹੈ ਸਾਨੂੰ ਜ਼ਿਆਦਾਤਰ ਉਹਨਾਂ ਦਾ ਇਹੀ ਫੀਲ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਵਾਲੇ ਤੋਂ ਪਿੱਛੇ ਨਹੀਂ ਹਟਣਾ, ਕਿਉਂਕਿ ਉਹ ਸਾਡੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਦਾਸ ਮਹਾਰਾਜ ਜੀ ਜਿਹਦੇ ਨਾਲ ਸਾਡੀ ਪਹਿਚਾਣ ਹੈ, ਕਿ ਤੁਸੀਂ ਹੋਰ ਕਿਸੇ ਵੀ ਗ੍ਰੰਥ ਨੂੰ ਜਿਹੜੀ ਇੱਥੇ ਪਹਿਲ ਨਹੀਂ।